ਸਤਿ ਸ਼੍ਰੀ ਅਕਾਲ ਫਰੈਂਡਸ, ਕੀ ਹਾਲ ਨੇ ਤੁਹਾਡੇ? ਅਸੀਂ ਵੀ ਸਾਰੇ ਠੀਕ ਠਾਕ ਆ ਤੇ ਫਰੈਂਡਸ, ਅੱਜ ਸਾਡੇ ਘਰ ਆਏ ਸੀ ਮਹਿਮਾਨ ਤੇ ਅਸੀਂ ਸਭ ਤੋਂ ਪਹਿਲਾਂ ਬਣਾਈ ਸੁੱਕੀ ਪਨੀਰ ਦੀ ਸਬਜ਼ੀ, ਉਸ ਤੋਂ ਬਾਅਦ ਅਸੀਂ ਬਣਾਏ ਰਾਜਮਾ ਤੇ ਨਾਲ ਹੀ ਅਸੀਂ ਕੱਟਿਆ ਸਲਾਦ। ਸਲਾਦ ਕੱਟਿਆ ਤੇ ਇਸ ਤੋਂ ਬਾਅਦ ਅਸੀਂ ਨਾਲ ਹੀ ਅਸੀਂ ਬਣਾਏ ਸੀ ਚਾਵਲ। ਚਾਵਲ ਤੇ ਰਾਇਤਾ ਤੇ ਪਨੀਰ ਦੀ ਸਬਜ਼ੀ ਸਾਡੀ ਬਣ ਕੇ ਤਿਆਰ ਹੈ ਤੇ ਨਾਲ ਆਲੂ ਗੋਭੀ ਦੀ ਵੀ ਸਬਜ਼ੀ ਅਸੀਂ ਬਣਾਈ ਤੇ ਸੈਲਡ ਕੀਤਾ ਅਸੀਂ ਡੈਕੋਰੇਟ ਤੇ ਮਹਿਮਾਨਾਂ ਨੂੰ ਨਾਲ ਹੀ ਕਰ ਦਿੱਤਾ ਅਸੀਂ ਖਾਣਾ ਸਰਵ। ਤੇ ਇਸ ਤੋਂ ਬਾਅਦ ਅਸੀਂ ਬਰਤਨ ਵਗੈਰਾ ਸਾਫ਼ ਕਰਕੇ ਕਿਚਨ ਨੂੰ ਪੂਰੀ ਤਰ੍ਹਾਂ ਕਲੀਨ ਕਰ ਦਿੱਤਾ। ਮੈਂ ਤੁਹਾਨੂੰ ਦੱਸਣਾ ਸੀ ਕਿ ਮੇਰਾ ਜੋ ਚੈਨਲ ਹੈ ਉਹ ਮੋਨੋਟਾਈਜ਼ ਹੋ ਗਿਆ ਤੇ ਜੋ ਮੇਰਾ ਗੂਗਲ ਐਡਨਸਪਿਨ ਹੈ ਉਹ 10 ਦਿਨਾਂ ਤੱਕ ਆ ਜਾਣਾ। ਇਹ ਸਭ ਕੁਝ ਤੁਹਾਡੇ ਪਿਆਰ ਸਦਕਾ ਹੋਇਆ ਤੇ ਫਰੈਂਡਸ, ਇੱਦਾਂ ਹੀ ਮੈਨੂੰ ਆਪਣਾ ਪਿਆਰ ਦਿੰਦੇ ਰਹੋ ਤੇ ਮਿਲਾਂਗੇ ਤੁਹਾਨੂੰ ਕੱਲ੍ਹ ਨੈਕਸਟ ਵਲੋਗ ਦੇ ਵਿੱਚ। ਉਦੋਂ ਤੱਕ ਲਈ ਗੁੱਡ ਨਾਈਟ ਦੋਸਤੋ, ਬਾਏ ਬਾਏ।